ਮੈਨੂੰ ਰਾਤ ਤਕਰੀਬਨ 11:30 ਵਜੇ ਨਾ ਵੱਡੇ ਵੀਰੇ ਦਾ ਫੋਨ ਆਇਆ ਤੇ ਵੀਰੇ ਨੇ ਜਿਹੜੀ ਉਹ ਗੱਲ ਦੱਸੀ ਉਹ ਸੁਣ ਕੇ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ। ਤਾਂ ਸੁਣ ਕੇ ਮੈਂ ਸੁੰਨ ਹੋ ਗਈ ਸੀ ਕਿ ਹੋ ਕੀ ਗਿਆ, ਕਿਉਂਕਿ ਸੋਚਿਆ ਹੀ ਨਹੀਂ ਸੀ ਵੀ ਕਦੀ ਇਦਾਂ ਦਾ ਹੋਊਗਾ ਸਾਡੇ ਨਾਲ, ਹਨਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦੇ ਤੁਸੀਂ ਬਹੁਤ ਜ਼ਿਆਦਾ ਵਧੀਆ ਹੋ ਗਿਆ ਸੀ, ਬਹੁਤ ਵਧੀਆ ਵਾ। ਪਹਿਲਾਂ ਠੰਡ ਪੈਂਦੀ ਸੀ ਧੁੰਦਾਂ ਵਾਲੀ, ਹੁਣ ਠੰਡ ਪੈ ਰਹੀ ਆ ਕੋਰੇ ਵਾਲੀ, ਜਿਹਦੇ ਨਾਲ ਜਦੋਂ ਅਸੀਂ ਬਾਹਰ ਜਾਂਦੇ ਹਾਂ ਹੱਥ ਬਿਲਕੁਲ ਐ ਠਰਦੇ ਨੇ, ਲੱਥਦੇ ਨੇ। ਅਤੇ ਇਸ ਟਾਈਮ ਇੱਥੇ ਪਿੰਡ 'ਚ ਬਹੁਤ ਠੰਡ ਪੈ ਰਹੀ ਹੈ, ਸਵੇਰ ਦੇ ਟਾਈਮ ਧੁੱਪ ਚੜ੍ਹ ਜਾਂਦੀ ਆ, ਪਰ ਅਸੀਂ ਬਹੁਤ ਇੰਜੋਏ ਕੀਤਾ। ਅੱਜ ਸਾਡੇ ਜਾਣ ਦਾ ਟਾਈਮ ਆ ਗਿਆ ਵਾ, ਹੁਣ ਅਸੀਂ ਚੱਲੇ ਹਾਂ, ਹੈ ਨਾ ਛੁੱਟੀ। ਪਰ ਜਾਣ ਦਾ ਮਨ ਨਹੀਂ ਕਰ ਰਿਹਾ ਜਾਵਾਂਗੇ, ਕਿਉਂਕਿ ਬਹੁਤ ਮਜ਼ਾ ਕੀਤਾ ਇਸ ਵਾਰ ਨਾ ਅਸੀਂ, ਮਤਲਬ ਸਾਨੂੰ ਪਤਾ ਨਹੀਂ ਲੱਗਾ 3-4 ਦਿਨ ਕਿਵੇਂ ਲੰਘ ਗਿਆ। ਪਰ ਕੀ ਕਹਿੰਦੇ ਨੇ ਜੀ, ਪ੍ਰਾਹੁਣੇ ਹੁੰਦੇ ਨੇ, ਪ੍ਰਾਹੁਣਿਆਂ ਤੋਂ ਜਾਣਾ ਪੈਂਦਾ, ਹੈ ਨਾ। ਅਤੇ ਅੱਜ ਦਾ ਦਿਨ ਹੈਗਾ ਜੀ ਸੋਮਵਾਰ, ਅਤੇ ਸਾਨੂੰ ਜਾਣਾ ਪੈ ਰਿਹਾ। ਅਤੇ ਰਾਤ ਸਾਨੂੰ ਬੜੀ ਵੱਡੀ ਟੈਨਸ਼ਨ ਹੋ ਗਈ ਸੀ, ਅਤੇ ਬਹੁਤ ਵੱਡੀ ਬਿਪਤਾ ਛਿੜ ਗਈ ਸੀ ਸਾਡੀ ਜਾਨ ਨੂੰ। ਪਰ ਹੁਣ ਚਿਹਰੇ ਦੇ ਉੱਪਰ ਥੋੜ੍ਹੀ ਜਿਹੀ ਖੁਸ਼ੀ ਆਈ ਹੈ ਵੀ ਐਵਰੀਥਿੰਗ ਸੋਰਟ ਆਊਟ ਹੈ। ਉਹ ਕੀ ਹੋਇਆ ਵੀ ਤੁਹਾਨੂੰ ਰਸਤੇ ਦੱਸਦਿਆਂ, ਕੋਈ ਬਹੁਤ ਵੱਡੀ ਬੁਰੀ ਖਬਰ ਆਈ ਸੀ, ਮਤਲਬ ਨੀਂਦ ਨਹੀਂ ਆਈ ਰਾਤ ਨੂੰ ਸਾਨੂੰ। ਅਤੇ ਬਟ ਹੁਣ ਆਪਾਂ ਉੱਠੇ ਹਾਂ ਅਤੇ ਉਹ ਪਤਾ ਲੱਗਿਆ ਵੀ ਠੀਕ ਹੈ ਸਾਰਾ ਕੁਛ। ਉਹ ਤੁਹਾਨੂੰ ਬਾਅਦ 'ਚ ਦੱਸਦੇ ਹਾਂ ਕੀ ਪ੍ਰੋਬਲਮ ਹੋਈ ਹੈ। ਪਲੀਜ਼ ਪੂਰੀ ਵੀਡੀਓ ਦੇਖਿਓ ਐਂਡ ਤੱਕ। ਅਤੇ ਹੁਣ ਆਪਾਂ ਨਿਕਲਣ ਲੱਗੇ ਹਾਂ, ਮਮੀਰਾਂ ਤੋਂ ਲੈ ਰਹੇ ਹਾਂ ਇਜਾਜ਼ਤ। ਇਹ ਤਾਂ ਅਨੁਪ੍ਰੀਤ ਆ ਕੇ ਖੜੀ ਹੋਈ ਹੈ, ਸਾਨੂੰ ਵਿਦਾ ਕਰਨ ਵਾਸਤੇ ਕਹਿੰਦੀ ਵੀ ਛੇਤੀ ਛੇਤੀ ਜਾਓ, ਬਹੁਤ ਦਿਨ ਹੋ ਗਏ ਤੁਸੀਂ ਰਹਿ ਲਿਆ, ਹਨਾ। ਚਲੀਏ ਪਹੁੰਚੀਏ ਉਹੀ ਕੰਮਾਂ ਕਾਰਾਂ ਨੂੰ, ਤੇ ਬਟ ਜਿਹੜੀ ਪ੍ਰੋਬਲਮ ਪਈ ਹੈ ਉਹ ਵੀ ਤੁਹਾਨੂੰ ਦੱਸਦੇ ਆ। ਚਾਹ ਪੀਣ ਲੱਗੀ ਆ ਨਾ, ਫ੍ਰੀ ਹੋ ਗਈ, ਵਿਹਲੀ ਹੋ ਗਈ, ਇਹਨਾਂ ਨੂੰ ਤੋਰ ਕੱਢਦੇ ਲੱਗੀ ਹੁਣ, ਮੰਮੀ ਦਿਲ ਦੇਖੋ ਸਾਡਾ, ਤੁਸੀਂ ਆਓ, ਤੁਹਾਨੂੰ ਚਾਹ ਦੇ ਟੱਪ ਭਰ ਭਰ ਕੇ ਦਿਆਂਗੇ। ਕਿਉਂ ਮੇਰੇ ਕੋਲ ਨਾ ਟਾਈਮ ਹੀ ਨਹੀਂ ਲੱਗਾ ਉਦੋਂ ਦਾ ਵੀ ਮੈਂ ਚਾਹ ਪੀ ਸਕਾਂ, ਅੱਜ ਮੈਂ ਰੱਜ ਕੇ ਚਾਹ ਪੀਣੀ ਤੇ ਲੱਗੇ ਥਰਮੋਸ਼ ਰੱਖ ਕੇ। ਪਰ ਜੋ ਵੀ ਯਾਰ, ਬਹੁਤ ਇੰਜੋਏ ਕੀਤਾ, ਇਹ ਹਾਸੇ ਖੇਡੇ ਬੱਚਿਆਂ ਦੇ ਨਾਲ, ਮਜ਼ਾਕ ਮਜ਼ੂਕ ਮਖੌਲ, ਟਿਚਰਾ ਮਿਚਰਾ, ਪਿਆਰ ਭਰੇ ਨੋਕ ਚੋਕ ਚਲਦੀ ਰਹਿੰਦੀ ਹੈ ਨਾ। ਬੱਚਿਆਂ ਨਾਲ ਨਹੀਂ ਕਰਾਂਗੇ ਤੇ ਕਿਹਦੇ ਨਾਲ ਕਰਾਂਗੇ ਜਾ ਕੇ, ਹਨਾ। ਕਿਹੜੇ ਬੱਚੇ ਤੁਹਾਡੇ? ਮੱਜੇ ਮੈਂ ਸਾਡੀ ਮੰਮੀ ਬੱਚੇ ਵਰਗੀ ਹੈ, ਮਤਲਬ ਮੰਮੀ ਹੋਣੀ ਜਿਵੇਂ ਆਪਣੇ ਬੱਚਿਆਂ ਨਾਲ, ਅਸੀਂ ਆਪਾਂ ਮੰਮੀ ਆਪਣੇ ਪਾਪਾ ਨਾਲ ਨਹੀਂ ਕਰਾਂਗੇ ਤੇ ਕਿਹਦੇ ਨਾਲ ਕਰਾਂਗੇ, ਕਿਹਦੇ ਨਾਲ ਕਰਾਂਗੇ। ਤੇ ਦੂਜੇ ਨੰਬਰ ਤੇ ਕਮੈਂਟਸ ਵੀ ਆਉਂਦੇ ਨੇ ਕਿ ਕਿਰਨ ਦੀ ਮੰਮੀ ਤੇ ਕਿਰਨ ਜਿਲ ਕੋ ਜਮਲ ਭੈਣਾ ਵਰਗੀਆਂ ਲੱਗਦੀਆਂ ਨੇ, ਹਨਾ। ਤੇ ਫਿਰ ਉਸ ਹਿਸਾਬ ਨਾਲ ਤੇ ਤੁਸੀਂ ਛੋਟੇ ਹੀ ਹੋ। ਨਹੀਂ, ਬੱਚੇ ਸਾਡੇ ਨਾਲ ਤੇ ਅਸੀਂ ਬੱਚੇ ਦੇ ਨਾਲ, ਬਹੁਤ ਇੰਜੋਏ ਕੀਤਾ 4-5 ਦਿਨ। ਹੁਣ ਚੱਲੇ ਆ, ਇੱਕ ਬੱਚੀ ਪਿਛੇ ਖਲੋਤੀ ਸਾਡੀ, ਉਹ ਦਿਖਾਤੀ ਅਨੂ, ਕਹਿੰਦੀ ਅਨੂ ਕਹਿੰਦੀ ਵੀ ਤੁਸੀਂ ਜਾਓ ਛੇਤੀ, ਫਿਰ ਕਹਿੰਦੀ ਮੈਂ ਆਉਣਾ ਵਾ ਨਾ ਤਾਂ ਕਰਕੇ ਪਹੁੰਚੋ ਤੁਸੀਂ, ਹਾਂ ਤਾਂ ਕਰਕੇ ਤਿਆਰੀ ਕਰੋ ਨਾ ਮਹਾਂ ਤੁਹਾਡੇ ਪਿੱਛੇ। ਆਹੋ, ਹੈਨਾ, ਉੱਥੇ ਪਾਵਾਂਗੇ, ਨਜ਼ਾਰੇ ਲਾਵਾਂਗੇ, ਗਾ ਪਾਵਾਂਗੇ। ਸਹੀ ਗੱਲ ਹੈ। ਹੋਰ ਮੰਮੀ ਠੀਕ ਠਾਕ? ਸੇ ਤਾਂ ਠੀਕ ਨੇ, ਹੁਣ ਤੁਸੀਂ ਰਿਲੈਕਸ ਹੋ ਜਾਓ ਵੀ ਗਏ, ਸ਼ੁਕਰੇ ਗਏ। ਛੱਤਾਂ ਤੇ ਧੁੱਪਾਂ ਸੇਕਣੀਆਂ, ਚੰਗਾ ਚਾਚੀ, ਬਾਏ ਬਾਏ, ਚਾਚੀ ਨੂੰ ਵੀ ਬਾਏ ਬਾਏ। ਬੜੀ ਧੁੱਪ ਲੱਗੀ ਹੈ। ਚਾਚੀ ਦਾ ਭੰਗੜਾ ਕਹਿੰਦੇ ਬੜਾ ਪਸੰਦ ਆਇਆ ਸਾਰਿਆਂ ਨੂੰ। ਚਾਚੀ ਭੰਗੜਾ ਪਾਉਂਦੀ ਏ, ਨਾ ਜੇ ਧੀ ਕੱਲਾ ਮੁੰਡਾ ਨੀ, ਜੇ ਧੀ ਦੇ ਤੀ ਤਾਂ ਵੀ ਭੰਗੜੇ ਪਾਵਾਂਗੇ ਆਪਾਂ, ਸਾਰੇ ਵਾਰੀ ਭੰਗੜੇ ਪਾਵਾਂਗੇ। ਕਰਮ ਵਾਲਿਆਂ ਨੂੰ ਮਿਲਦੀਆਂ ਧੀਆਂ। ਚੰਗਾ ਨੂੰ ਬਾਏ ਬਾਏ ਅਨਾਇਆ, ਬਾਏ ਬਾਏ ਬੇਟੇ। ਆ ਚੱਲੀਏ, ਆ ਜਾ ਚੱਲੀਏ, ਆਡੀਓਸ। ਕਰੀ ਕਰੀ ਉਹਨੇ ਅਨਾਇਆ, ਆਡੀਓਸ। ਆਡੀਓਸ ਕਿੰਨੇ ਨਾ, ਹੇਯੋ ਹੋਲਾ 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 ਕਰ ਦੋ, ਹੋਲਾ ਹੋਲਾ ਕਰ ਦੋ, ਹੋਲਾ ਕਰ ਦੋ। ਨਹੀਂ ਨਹੀਂ ਕਰਨਾ ਹੋਲਾ।
ਚੱਲ ਫਿਰ ਬਾਏ ਕਰ ਦੇ ਇੱਧਰ ਵੇਖ ਕਹਿੰਦੀ ਮੈਂ ਬਾਹਰ ਨਹੀਂ ਆਉਣਾ ਠੰਡ ਬੜੀ ਆ ਤੂੰ ਮੱਚ ਕੋਰਾ ਪੜਾ ਹੋਇਆ ਹਾਏ ਹਾਏ ਉਹ ਕਹਵੇ ਟਾਟਾ ਬਾਏ ਬਾਏ ਬਾਰੀ ਖੋਲ ਲੋ ਆ ਜੀ ਹੁਣ ਆ ਜੀ ਹੁਣ ਉਹ ਕਹ ਬਾਰੀ ਚੰਗਾ ਇਹ ਬਤ ਚੰਗਾ ਮਾਮਾ ਜੀ ਆਉਣਾ ਹੈ ਹਾਂ ਆਉਣਾ ਆਉਣਾ ਡਨ ਇਹ ਵੇ ਓਕੇ ਓਕੇ ਬਾਏ ਬਾਏ ਅਸੀਂ ਅੱਜ ਬੜੀ ਬੁਰੀ ਤਰ੍ਹਾਂ ਫਸੇ ਹੋਏ ਆ ਕਿਉਂਕਿ ਜਲੰਧਰ ਜਦੋਂ ਅਸੀਂ ਪਹੁੰਚੇ ਜਲੰਧਰ ਇੰਨਾ ਜ਼ਿਆਦਾ ਜਾਮ ਕੋਈ ਧਰਨਾ ਲੱਗਿਆ ਹੋਇਆ ਸੀ ਪਤਾ ਨਹੀਂ ਕੀ ਸੀ ਉਹ ਜਿਹੜੀ ਲੁਧਿਆਣੇ ਚੰਡੀਗੜ੍ਹ ਨੂੰ ਜਾਣ ਵਾਲੀ ਸਾਈਡ ਨੂੰ ਧਰਨਾ ਲੱਗਾ ਹੋਇਆ ਸੀ ਅਤੇ ਕਿਸੇ ਪਾਸੇ ਰਾਹ ਨਹੀਂ ਜਾਣ ਨੂੰ ਹੈਗਾ ਫਿਰ ਅਸੀਂ ਨਾ ਉੱਥੋਂ ਵਾਇਆ ਹੁਸ਼ਿਆਰਪੁਰ ਹੁਸ਼ਿਆਰਪੁਰ ਹੈ ਨਾ ਹੁਣ ਅਸੀਂ ਵਾਇਆ ਹੁਸ਼ਿਆਰਪੁਰ ਥਾਣ ਜਾ ਰਹੇ ਹਾਂ ਅਜੇ ਅਸੀਂ ਹੁਸ਼ਿਆਰਪੁਰ ਵੀ ਨਹੀਂ ਪਹੁੰਚੇ ਅਤੇ ਸਾਨੂੰ ਹੁਣ ਭੁੱਖ ਲੱਗ ਗਈ 2 ਵੱਜ ਗਏ ਆ ਹੁਣ ਕੁਛ ਖਾਣ ਲੱਗੇ ਇਸ ਟਾਈਮ ਤਾਂ ਪਹੁੰਚ ਜਾਣਾ ਚਾਹੀਦਾ ਸੀ ਸਾਨੂੰ ਸਹੀ ਗੱਲ ਆ ਚਲੋ ਪਹਿਲਾਂ ਪੇ ਕਰ ਦਈਏ ਫਿਰ ਗੱਲ ਕਰਦੇ ਹਾਂ ਜਿੱਧਰ ਜਾਓ ਧਰਨੇ ਪਾਓ ਜਿੱਧਰ ਜਾਓ ਜਾਮ ਪਾਓ ਬੁਰਾ ਹਾਲ ਚਲੋ ਕੋਈ ਗੱਲ ਨਹੀਂ ਪਹੁੰਚਾਂਗੇ ਹੁਣ ਪਹੁੰਚਣਾ ਤਾਂ ਹੈਗਾ ਜੀ ਭੁੱਖ ਲੱਗੀ ਵੀ ਸੀ ਨਾਲ ਇਸੇ ਬਾਨੇ ਹੌਲੇ ਹੌਲੇ ਬਰਗਰ ਖਾ ਲੈਨੇ ਆ ਕਿ ਨਹੀਂ ਪਤਾ ਨਹੀਂ ਅੱਜ ਹੋਇਆ ਕੀ ਪਿਆ ਯਾਰ ਦੁਨੀਆ ਨੂੰ ਹਰ ਪਾਸੇ ਜਾਮ ਹੈ ਹਰ ਪਾਸੇ ਜਾਮ ਹੈ ਵੈਸੇ ਬਰਗਰ ਲੈ ਨਹੀਂ ਰੁਕਿਆ ਬਸ ਤਾਂ ਹੀ ਜਾਮ ਲੱਗ ਗਿਆ ਇੰਨੀ ਜੀ ਗੱਲ ਉਸ ਤੋਂ ਪਹਿਲਾਂ ਖਾਲੀ ਸੀ ਰੋਡ ਸਹੀ ਗੱਲ ਉਹ ਜਮਾਂ ਹੀ ਖਾਲੀ ਸੀ ਚਲੋ ਬਰਗਰ ਕਟੋ ਬਰਗਰ ਖਾਈਏ ਪਹੁੰਚ ਗਏ ਜੀ ਆਪਾਂ ਆਪਣੇ ਸ਼ਹਿਰ ਮੋਹਾਲੀ ਦੇ ਵਿੱਚ ਅਤੇ ਆਫਟਰ ਮੇਰੇ ਖਿਆਲ ਵੀਰਵਾਰ ਦੇ ਗਏ ਹੋਏ ਹਾਂ ਵੀਰ ਸ਼ੁਕਰ ਸ਼ਨੀ ਐਤਸੋਂ 5-6 ਦਿਨਾਂ ਬਾਅਦ ਵਾਪਸ ਆਏ ਹਾਂ ਠੰਡ ਘਟੀ ਵੀ ਹੈ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿਉਂਕਿ ਜਿਸ ਟਾਈਮ ਆਪਾਂ ਗਏ ਸੀ ਇੰਨੀ ਚਿਲਿੰਗ ਸੀ ਇੰਨੀ ਚਿਲਿੰਗ ਸੀ ਔਰ ਸੋਚਿਆ ਨਹੀਂ ਸੀ ਵੀ ਇੱਥੇ ਆ ਕੇ ਵੀ ਠੰਡ ਘਟੇਗੀ ਪਰ ਬੜੀ ਖੁਸ਼ੀ ਹੈ ਧੁੱਪਾਂ ਚੜ ਰਹੀਆਂ ਠੰਡ ਘਟ ਰਹੀ ਅੱਜ ਜਿੰਨੇ ਖੱਜਲ ਹੋਏ ਆਪਾਂ ਕਿਉਂਕਿ ਬਾਅਦ ਵਿੱਚ ਕਿਉਂਕਿ ਮੰਮੀ ਅਤੇ ਪਾਪਾ ਅਤੇ ਬੱਚੇ ਵੀ ਗਏ ਹੋਏ ਸੀ ਅੰਮ੍ਰਿਤਸਰ ਸਾਹਿਬ ਮੰਮੀ ਉਹਨਾਂ ਨਾਲ ਸਗੋਂ ਜ਼ਿਆਦਾ ਕਲੋਲ ਹੋਈ ਕਿਉਂਕਿ ਕੱਲ੍ਹ ਰਾਤ ਨੂੰ ਤਕਰੀਬਨ 9:30 ਵਜੇ ਮੰਮੀ ਹੁਣਾਂ ਦੀ ਗੱਡੀ ਖਰਾਬ ਹੋ ਗਈ ਸੀ ਕੀ ਸੀ ਬਿਆਸ ਕੋਲ ਗੱਡੀ ਖਰਾਬ ਹੋ ਗਈ ਸੀ ਚਲੋ ਉੱਥੋਂ ਮਕੈਨਿਕ ਮਕੂਨਿਕ ਲੱਭਿਆ ਅਤੇ ਉਹਨੇ ਠੀਕ ਠੂਕ ਕੀਤੀ ਫਿਰ ਅੰਮ੍ਰਿਤਸਰ ਸਾਹਿਬ ਪਹੁੰਚੇ ਰੂਮ ਲਿੱਤਾ ਉੱਥੇ ਰਹੇ ਅਤੇ ਕੱਲ੍ਹ ਕੋਈ ਜਾਮ ਜੂਮ ਸੀ ਜਲੰਧਰ ਕਿਉਂਕਿ ਇੱਕ ਉਹ ਬੰਦਾ ਕੀ ਨਾਮ ਉਹਦਾ ਰਾਹੁਲ ਗਾਂਧੀ ਉਹਦੀ ਕੋਈ ਭਾਰਤ ਜੋੜੋ ਯਾਤਰਾ ਚੱਲ ਰਹੀ ਹੈਗੀ ਹੈ ਉਹਦੇ ਕਰਕੇ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਰਸ਼ ਹੋਇਆ ਵਾ ਜਿੱਥੋਂ ਜਿੱਥੋਂ ਲੰਘਦਾ ਇੰਨੀ ਟ੍ਰੈਫਿਕ ਹੋਈ ਪਈ ਹੈ ਨਾ ਉੱਥੇ ਪਾਪਾ ਦੱਸ ਰਹੇ ਸੀ ਕਿ ਕੱਲ੍ਹ ਜਲੰਧਰ ਬਹੁਤ ਟ੍ਰੈਫਿਕ ਮਿਲੀ ਹੈ ਨਾ ਅੱਜ ਜਦੋਂ ਅਸੀਂ ਵਾਪਸ ਆ ਰਹੇ ਸੀ ਅਤੇ ਅੱਜ ਵਾਪਸ ਆਉਂਦੇ ਹੋਏ ਪਹਿਲਾਂ ਤਾਂ ਕਈ ਜਣੇ ਕਹਿੰਦੇ ਧਰਨਾ ਲੱਗ ਰਿਹਾ ਬਟ ਬਾਅਦ 'ਚ ਵੀ ਪਤਾ ਲੱਗਿਆ ਰਾਹੁਲ ਗਾਂਧੀ ਲੰਘ ਰਹੇ ਸੀ ਉੱਥੋਂ ਅਤੇ ਇੰਨੀ ਟ੍ਰੈਫਿਕ ਇੰਨੀ ਅਸੀਂ  150 ਕਿਲੋਮੀਟਰ ਦਾ ਵਲ ਪਾ ਕੇ ਉੱਪਰੋਂ ਫਗਵਾੜੇ ਦੁਬਾਰਾ ਪਹੁੰਚੇ ਇੰਨੀ ਟ੍ਰੈਫਿਕ ਦੇ ਵਿੱਚ ਪਹੁੰਚਿਆ ਨਾ ਦੋਸਤ ਦੱਸ ਨਹੀਂ ਸਕਦੇ ਇੰਨੇ ਖੱਜਲ ਹੋ ਗਏ ਕਾਹਦੀ ਭਾਰਤ ਜੋੜੋ ਯਾਤਰਾ ਹੈ ਵੀ ਲੋਕ ਪਰੇਸ਼ਾਨ ਹੋ ਰਹੇ ਨੇ ਕਿ ਨਹੀਂ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੁਸੀਂ ਆਓ ਆਪਣਾ ਆਰਾਮ ਨਾਲ ਕਰਨਾ ਯਾਰ ਪਬਲਿਕ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਯਾਰ ਕਾਹਦੀ ਭਾਰਤ ਜੋੜੋ ਯਾਰ ਐਵੇਂ ਜੁੜ ਜਾਏਗਾ ਭਾਰਤ ਸਗੋਂ ਤੋੜ ਰਹੇ ਹੋ ਤੁਸੀਂ ਭਾਰਤ ਨੂੰ ਦੂਸਰੇ ਨੰਬਰ 'ਤੇ ਅਸੀਂ ਉੱਧਰੋਂ ਆਏ ਫਿਰ ਮੈਂ ਪਾਪਾ ਨੂੰ ਉਹਨਾਂ ਨੂੰ ਫੋਨ ਕਰਦਾ ਸੋ ਅੰਮ੍ਰਿਤਸਰ ਤੋਂ ਆ ਰਹੇ ਸੀ ਵੀ ਤੁਸੀਂ ਵੀ ਇੱਧਰੋਂ ਆ ਜਾਇਓ ਹੁਸ਼ਿਆਰਪੁਰ ਵੱਲੋਂ ਚਲੋ ਉਹ ਵੀ ਇੱਧਰੋਂ ਆਏ ਉਹ ਹੁਣ ਪਹੁੰਚੇ ਨੇ ਵਿਚਾਰੇ ਕੀ ਕਹਿੰਦੇ ਨੇ ਸ਼ਾਮ ਜੀ ਨੂੰ ਕਰਕੇ ਮਤਲਬ 7 ਵਜੇ ਪਹੁੰਚੇ ਨੇ ਪੂਰੇ ਘਰ ਸਵੇਰ ਦੇ ਤੁਰੇ ਹੋਏ ਬੜਾ ਔਖੇ ਪਹੁੰਚੇ ਔਰ ਅਸੀਂ ਮੈਂ ਪੂਰੇ 5 ਵਜੇ ਨੂੰ 5 ਮਿੰਟ ਸੀ ਜਦੋਂ ਮੈਂ ਪਹੁੰਚਿਆ ਮੇਰੀ ਕਲਾਸਿਸ ਮਿਸ ਹੋ ਗਈਆਂ ਕਈ ਹੈ ਨਾ ਬੜਾ ਪਰੇਸ਼ਾਨ ਹੋਇਆ ਅਤੇ ਰਾਤ ਜਦੋਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਰਾਤੀ ਜਦੋਂ ਅਸੀਂ ਪਹੁੰਚੇ ਸੀ ਨਾ ਮੰਮੀ ਹੁਣੀ ਪਹੁੰਚ ਗਏ ਅਤੇ ਮੈਨੂੰ ਰਾਤ ਤਕਰੀਬਨ 11:30 ਨਾ ਵੱਡੇ ਵੀਰੇ ਦਾ ਫੋਨ ਆਇਆ ਕਹਿੰਦਾ ਮੰਮੀ ਪਾਪਾ ਨਾਲ ਦਾ ਫੋਨ ਬੰਦ ਹੈ ਅਤੇ ਮੈਂ ਕੀ ਹੋ ਗਿਆ ਵੀ ਵੀਰੇ ਸੁੱਖ ਹੈ ਵੀ ਰਾਤੀ 11:30 ਫੋਨ ਕਰ ਰਹੇ ਹੋ ਤੁਸੀਂ ਅਤੇ ਵੀਰੇ ਨੇ ਜਿਹੜੀ ਕਿ ਉਹ ਗੱਲ ਦੱਸੀ ਉਹ ਸੁਣ ਕੇ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਵੀਰਾ ਕਹਿੰਦਾ ਜਿਹੜੇ ਸਾਡੇ ਦੀਦੀ ਨੇ ਵੱਡੇ ਦੀਦੀ ਜਲੰਧਰ ਵਾਲੇ ਤੁਸੀਂ ਦੇਖੇ ਹੋਣਗੇ ਵੀ ਉਹਨਾਂ ਨੂੰ ਹਾਰਟ ਅਟੈਕ ਹੋਇਆ ਰਾਤ ਨੂੰ ਮਤਲਬ ਬੜਾ ਮੈਂ ਸੁਣ ਕੇ ਮੈਂ ਕੰਬਣ ਲੱਗ ਗਿਆ ਵੀ ਕੀ ਹੋ ਕੀ ਗਿਆ ਹੈ ਨਾ ਮੰਮੀ ਹੋਰੀ ਜਲੰਧਰ ਵੀਰਾ ਇਕੱਲਾ ਉੱਥੇ ਮੈਂ ਕਿਹਾ ਹੋਇਆ ਕੀ ਵੀਰੇ ਨੇ ਦੱਸਿਆ ਵੀ ਐਵੇਂ ਕਿਵੇਂ ਨਾ ਦੀਦੀ ਗਏ ਹੋਏ ਨੇ ਬਰਨਾਲੇ ਆਪਣੇ ਮੇਰੇ ਕਿਉਂਕਿ ਦੀਦੀ ਦੇ ਜਿਹੜੇ ਮਦਰ ਇਨ ਲੋ ਨੇ ਅਤੇ ਭਾਅ ਜੀ ਦੇ ਮਤਲਬ ਜੀਜਾ ਜੀ ਦੇ ਮੰਮੀ ਉਹਨਾਂ ਦੀ ਕੋਈ ਥੈਰੇਪੀ ਚੱਲ ਰਹੀ ਹੈ ਬਰਨਾਲੇ ਹੋਸਪਿਟਲ ਵਿੱਚ ਅਤੇ ਉੱਥੇ ਫਿਰ ਗਏ ਹੋਏ ਸੀ ਅਤੇ ਦੀਦੀ ਦਾ ਨਾ ਜਿੱਥੇ ਦੀਦੀ ਦੇ ਨਨਾਣ ਰਹਿੰਦੇ ਸਨ ਪਹਿਲਾਂ ਉਹਨਾਂ ਦੇ ਘਰ ਰੁਕੇ ਹੋਏ ਸਨ ਉੱਥੇ ਦੀਦੀ ਦੇ ਇੱਕੋਦਮ ਪੇਨ ਹੋਣ ਲੱਗ ਗਈ ਹਾਰਟ ਦੇ ਵਿੱਚ ਚੈਸਟ ਵਿੱਚ ਜ਼ਿਆਦਾ ਵੱਧ ਰਹੀ ਬਹੁਤ ਜ਼ਿਆਦਾ ਵੱਧ ਗਈ ਹੋਸਪਿਟਲ ਲੈ ਕੇ ਗਏ ਹੋਸਪਿਟਲ ਵਾਲਿਆਂ ਨੇ ਰੈਫਰ ਕਰਤਾ ਤੁਸੀਂ ਰਜਿੰਦਰਾ ਲੈ ਜਾਓ ਰਜਿੰਦਰਾ ਫਿਰ ਐਂਬੂਲੈਂਸ ਦੇ ਵਿੱਚ ਦੀਦੀ ਨੂੰ ਰਜਿੰਦਰਾ ਹੋਸਪਿਟਲ ਲੈ ਕੇ ਆਏ ਵੀਰਾ ਗਿਆ ਪਟਿਆਲੇ ਗਿਆ ਵੀਰਾ ਜਲੰਧਰ ਰਜਿੰਦਰਾ ਕੋਈ ਪਟਿਆਲੇ ਹੈ ਵੀਰਾ ਵੀ ਪਟਿਆਲੇ ਪਹੁੰਚਿਆ ਉੱਥੇ ਦੀਦੀ ਹੁਣੇ ਆਏ ECG ਵਗੈਰਾ ECO ਜੋ ਵੀ ਕਰਨੀਆਂ ਉਹ ਕਰਵਾਈਆਂ ਗਈਆਂ ਲੇਕਿਨ ECG ਬਿਲਕੁਲ ਨੋਰਮਲ ਆਈ
ਫਿਰ ਡਾਕਟਰ ਨੇ ਦੂਸਰੀ ਕੀਤੀ, ਘੱਟੋ ਘੱਟ 5-6 ECGs ਕੀਤੀਆਂ, ਵੱਖਰੀ ਵੱਖਰੀ ਮਸ਼ੀਨਾਂ ਤੋਂ ਵੀ ਕਰਕੇ ਦੇਖੀਆਂ, ਪਰ ਉਹ ਨੋਰਮਲ ਆਈ। ਡਾਕਟਰ ਕਹਿੰਦੇ ਵੀ ਨਹੀਂ ਐਸੀ ਕੋਈ ਪ੍ਰੋਬਲਮ ਨਹੀਂ, ਕਿਉਂਕਿ ਡਾਕਟਰ ਨੇ ਕੋਈ ਦਵਾਈ ਵੀ ਨਹੀਂ ਦਿੱਤੀ, ਕੁਛ ਵੀ ਨਹੀਂ ਦਿੱਤਾ। ਦੀਦੀ ਗੱਲ ਵੀ ਕਰ ਰਹੇ ਸੀ ਵਧੀਆ, ਹੈ ਨਾ। ਡਾਕਟਰ ਕਹਿੰਦੇ ਵੀ ਇਹ ਨਹੀਂ, ਇਹ ਜਿਹੜੇ ਹੋਸਪਿਟਲ ਵਾਲੇ ਆ ਉਹਨਾਂ ਨੇ ਗਲਤ ਦੱਸਿਆ, ਇਹ ਹਾਰਟ ਅਟੈਕ ਨਹੀਂ ਹੈ, ਇਹ ਕੋਈ ਗੈਸ ਬਣੀ ਹੈ, ਗੈਸ ਚੜ੍ਹੀ ਹੈ ਤੁਹਾਨੂੰ, ਜਿਹਦੇ ਕਰਕੇ, ਕਿਉਂਕਿ ਉਹਨਾਂ ਨੇ ਬਰਨਾਲੇ ਵਾਲੇ ਹੋਸਪਿਟਲ ਵਾਲਿਆਂ ਨੇ ਇੱਕ ਇੰਜੈਕਸ਼ਨ ਲਗਾ ਦਿੱਤਾ ਸੀ ਵੇਨ ਦੇ ਵਿੱਚ, ਪੇਨ ਕਿਲਰ ਟਾਈਪ, ਹੈ ਨਾ, ਉਹ ਠੀਕ ਹੋ ਗਿਆ। ਫਿਰ ਦੀਦੀ ਅਤੇ ਦੀਦੀ ਦੇ ਦਿਓਰ ਹੁਣੇ ਸਾਰੇ ਮਤਲਬ ਰਿਸ਼ਤੇਦਾਰ ਆ ਗਏ ਪਟਿਆਲੇ ਵੀ, ਫਿਰ ਪਿੰਡ ਪਹੁੰਚੇ ਘਰ, ਦੀਦੀ ਠੀਕ, ਫਿਰ ਵਾਪਸ ਦੀਦੀ ਫਿਰ ਬਰਨਾਲੇ ਚਲੇ ਗਏ। ਤਾਂ ਮੈਨੂੰ ਛਿੱਪੀ ਕਹਿਣ ਲੱਗ ਗਏ ਵੀ ਆਪਾਂ ਹੁਣੇ ਚੱਲਦੇ ਹਾਂ, ਰਾਤ ਦੇ 12:30-12 ਵਜੇ ਸੀ। ਅਤੇ ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਨਹੀਂ ਛਿੱਪੀ ਆਪਾਂ ਰਾਤ ਨੂੰ ਨਹੀਂ ਜਾਣਾ, ਟੈਨਸ਼ਨ ਦੇ ਵਿੱਚ ਨਾ, ਮਤਲਬ ਇੱਕ ਚਲੋ ਦੀਦੀ ਨੂੰ ਤਾਂ ਹੋਸਪਿਟਲ ਲੈ ਕੇ ਜਾ ਰਹੇ ਸੀ, ਇੱਧਰੋਂ ਵੱਡੇ ਵੀਰ ਜੀ ਵੀ ਜਾ ਰਹੇ ਸੀ। ਮੈਂ ਇਹ ਕਿਹਾ, ਮੈਂ ਕਿਹਾ ਚੱਲ ਕੋਈ ਨਹੀਂ, ਵੀਰ ਜੀ ਜਾ ਰਹੇ ਆ, ਆਪਾਂ ਇੰਨੀ ਦੂਰ ਸਫ਼ਰ ਕਰਕੇ ਐਡੀ ਰਾਤ ਨੂੰ ਨਹੀਂ ਜਾ ਸਕਦੇ ਹੈਗੇ, ਕਿਉਂਕਿ ਇਹ ਮਨ ਦੇ ਉੱਤੇ ਨਾ ਸਟ੍ਰੈਸ ਇੱਕਦਮ ਟੈਨਸ਼ਨ ਹੋ ਗਈ ਆ। ਤਾਂ ਫਿਰ ਮੈਨੂੰ ਇਹੀ ਕਿ ਗੱਡੀ ਬਹੁਤ ਤੇਜ਼ ਚਲਾਉਣਗੇ, ਅਤੇ ਮੈਨੂੰ ਫਿਰ ਇਸ ਚੀਜ਼ ਦਾ ਬਹੁਤ ਡਰ ਲੱਗਦਾ ਵਾ, ਕਿਉਂਕਿ ਮੈਂ ਵੀ ਨਹੀਂ ਕਰ ਸਕਦੀ, ਕਿਉਂਕਿ ਮੈਨੂੰ ਵੀ ਸੁਣ ਕੇ ਬੜਾ ਇੱਕਦਮ ਸ਼ੌਕ ਜਿਹਾ ਲੱਗਾ ਸੁਣ ਕੇ, ਹੈ ਨਾ। ਜਿਹੜੇ ਇਨਸਾਨ ਨਾਲ ਮੈਂ, ਚਲੋ ਛਿੱਪੀ ਤਾਂ ਦੀ ਭੈਣ ਭਰਾ ਨੇ, ਮੇਰਾ ਭਾਵੇਂ ਖੂਨ ਦਾ ਰਿਸ਼ਤਾ ਨਹੀਂ ਆ, ਪਰ ਜਦੋਂ ਅਸੀਂ ਇਕੱਠੇ ਰਹਿਣ ਲੱਗਦੇ ਨਾ, ਫਿਰ ਖੂਨ ਦੇ ਰਿਸ਼ਤੇ ਤੋਂ ਉੱਪਰ ਹੋ ਜਾਂਦੀ ਹੈ ਚੀਜ਼, ਜਦੋਂ ਸਾਡਾ ਰਿਸ਼ਤਾ ਜਿਹੜਾ ਹੁਣ ਇਸ ਟਾਈਮ 'ਤੇ ਨਨਾਣ ਭਰਜਾਈ ਦਾ ਰਿਸ਼ਤਾ ਸਾਡਾ ਖੂਨ ਦੇ ਰਿਸ਼ਤੇ ਤੋਂ ਵੀ ਉੱਪਰ ਦਾ ਰਿਸ਼ਤਾ ਵਾ। ਤਾਂ ਸੁਣ ਕੇ ਮੈਂ ਸੁੰਨ ਹੋ ਗਈ ਸੀ ਕਿ ਹੋ ਕੀ ਗਿਆ, ਕਿਉਂਕਿ ਅਸੀਂ ਸੋਚਿਆ ਹੀ ਨਹੀਂ ਸੀ ਵੀ ਕਦੇ ਇੱਦਾਂ ਦਾ ਹੋਊਗਾ ਸਾਡੇ ਨਾਲ, ਹੈ ਨਾ। ਫਿਰ ਇਸ ਕਰਕੇ ਮੈਂ ਕਿਹਾ ਨਹੀਂ ਛਿੱਪੀ ਆਪਾਂ ਰਾਤ ਨੂੰ ਨਹੀਂ ਜਾਣਾ ਹੈਗਾ, ਅਤੇ ਆਪਾਂ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਮਹਾਰਾਜ ਠੀਕ ਰੱਖਣਗੇ ਦੀਦੀ ਨੂੰ, ਬਿਲਕੁਲ ਮਨ 'ਤੇ ਸਟ੍ਰੈਸ ਨਾ ਲਓ, ਸੌਂ ਜਾਓ, ਸਵੇਰੇ ਆਰਾਮ ਨਾਲ ਉੱਠ ਕੇ ਜਾਵਾਂਗੇ ਆਪਾਂ, ਕੋਈ ਗੱਲ ਨਹੀਂ। ਪਰ ਨੀਂਦ ਕਿੱਥੋਂ ਆਉਣੀ ਸੀ, ਹੈ ਨਾ, ਨੀਂਦ ਨਹੀਂ ਆਈ ਸਾਰੀ ਰਾਤ, ਹੈ ਨਾ। ਮੈਂ ਤੜਕੇ ਵੀਰੇ ਨੂੰ ਫੋਨ ਕੀਤਾ ਵੀ ਕਿਵੇਂ ਹੈ, ਫਿਰ ਇਹ ਸਾਰੇ ਵੀਰੇ ਨੇ ਦੱਸੇ ਸੀ ਵੀ ECG ਵਗੈਰਾ ਸਭ ਕੁਛ ਨੋਰਮਲ ਹੈ, ਸਭ ਕੁਛ, ਕੁਛ ਵੀ ਨਹੀਂ ਹੈ। ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ, ਡਾਕਟਰ ਕਹਿੰਦਾ ਸਭ ਕੁਛ ਸੋਟਿਡ ਹੈ, ਗੈਸ ਹੋਈ ਸੀ ਤੁਹਾਨੂੰ ਵਹਿਮ ਪੈ ਗਿਆ। ਪਰ ਜੋ ਵੀ ਹੈ, ਫਿਰ ਦੀਦੀ ਆਰਾਮ ਨਾਲ ਜਲੰਧਰ ਚਲੇ ਗਏ, ਆਪਣੇ ਵਾਪਸ ਬਰਨਾਲੇ ਚਲੇ ਗਏ। ਫਿਰ ਮੰਮੀ ਹੁਣਾਂ ਨੂੰ ਸਵੇਰੇ ਦੱਸਿਆ, ਮੈਂ ਵੀਰੇ ਨੂੰ ਰਾਤੀ ਰੋਕਦਾ ਸੀ, ਮੈਂ ਵੀਰੇ ਮੰਮੀ ਹੁਣਾਂ ਨੂੰ ਦੱਸੀ, ਕਿਉਂਕਿ ਮੰਮੀ ਪਾਪਾ ਅਤੇ ਉਹ ਵੀ ਬੱਚੇ ਪੂਰੀ ਫੈਮਿਲੀ ਨਾਲ ਹੈ, ਭਾਬੀ ਵੀ ਨਾਲ ਹੈ, ਪਾਪਾ ਨੇ ਵੀ ਗੱਡੀ, ਬੰਦਾ ਟੈਨਸ਼ਨ 'ਚ, ਜਿਵੇਂ ਕਿਰਨ ਨੇ ਦੱਸਿਆ ਪਾਪਾ ਵੀ ਸਪੀਡ 'ਤੇ ਗੱਡੀ ਭਜਾਉਣਗੇ ਜਾਣ ਲਈ, ਤੂੰ ਦੱਸੀ ਨਾ, ਅਸੀਂ ਆਪਾਂ ਕਰ ਲਵਾਂਗੇ ਹੈਂਡਲ। ਅਤੇ ਮੈਂ ਤੜਕੇ ਤੜਕੇ ਨਿਕਲਣਾ ਸੀ, ਫਿਰ ਵੀਰੇ ਨੇ ਦੱਸਤਾ ਵੀ ਆਲ ਸੋਰਟਿਡ। ਫਿਰ ਦੀਦੀ ਨਾਲ ਗੱਲ ਕੀਤੀ, ਫਿਰ ਤਸੱਲੀ ਹੋਈ ਵੀ ਨਹੀਂ ਠੀਕ ਹੈ, ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ, ਭੈਣਾਂ ਵਸਦੀਆਂ ਰਹਿਣ, ਹੱਸਦੀਆਂ ਰਹਿਣ, ਨਹੀਂ ਕਿ ਭੈਣਾਂ ਭੈਣਾਂ ਹੀ ਹੁੰਦੀਆਂ ਨੇ ਨਾ, ਅਤੇ ਆਪਣੇ ਘਰਾਂ ਵਿੱਚ ਜਿੱਥੇ ਵਿਆਹੀ ਹੋਈ ਹੈ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ, ਹੈ ਨਾ, ਆਪਣਾ ਪਰਿਵਾਰ, ਰੱਬ ਲੰਬੀਆਂ ਉਮਰਾਂ ਕਰੇ ਮੇਰੀ ਭੈਣ ਦੀਆਂ। ਪਲੀਜ਼ ਪ੍ਰੇ ਕਰਿਓ ਮੇਰੀ ਦੀਦੀ ਵਾਸਤੇ ਕਿ ਉਹ ਜੇ ਥੋੜ੍ਹਾ ਬਹੁਤਾ ਵੀ ਕੋਈ ਪ੍ਰੋਬਲਮ ਹੈ ਉਹਨਾਂ ਨੂੰ, ਤਾਂ ਉਹ ਵੀ ਠੀਕ ਹੋ ਜਾਣ। ਦਿਲੋਂ ਪਲੀਜ਼ ਤੁਹਾਡੀ ਦੁਆਵਾਂ ਦੇ ਵਿੱਚ ਬੜਾ ਅਸਰ ਹੈ, ਤੁਹਾਡੀ ਪ੍ਰੇ ਤੁਸੀਂ ਕਰਦੇ ਹੋ, ਦਿਲੋਂ ਕਰਦੇ ਹੋ ਸਾਡੇ ਲਈ। ਪਲੀਜ਼ ਪ੍ਰੇ ਕਰਿਓ ਮੇਰੀ ਦੀਦੀ ਲਈ ਕਿ ਠੀਕ ਹੋ ਜਾਣਾ, ਜੇ ਕੁਛ ਛੋਟੀ ਮੋਟੀ ਪ੍ਰੋਬਲਮ ਹੈਗੀ ਵੀ ਹੈ। ਮਿਲਦੇ ਹਾਂ ਤੁਹਾਨੂੰ ਕੱਲ੍ਹ ਇੱਕ ਨਵੇਂ ਵਲੌਗ 'ਚ, ਉਦੋਂ ਤੱਕ ਦਿਓ ਸਾਨੂੰ ਇਜਾਜ਼ਤ। ਬਾਏ ਬਾਏ।